ਦੇਖ ਸਕਦੇ ਹੋ ਨਵਸ਼ਾ ਬ੍ਰਾਂਡ ਜਿਨ੍ਹਾਂ ਦੀ ਸਟੈਂਡੀ ਦੇ ਉੱਤੇ ਹੀ ਇੰਨੀ ਜ਼ਿਆਦਾ ਵੈਰਾਈਟੀ ਹੈ ਸੋ ਹੋਪ ਕਰ ਸਕਦੇ ਹੋ ਤੇ ਉਮੀਦ ਇਹ ਹੀ ਹੈ ਕਿ ਇਹਨਾਂ ਸੋ ਗੁੰਮਦੇ ਹੋਏ ਇੱਕ ਬ੍ਰਾਂਡ ਨਫਸ਼ਾ ਦੇ ਕੋਲ ਅਸੀਂ ਪਹੁੰਚ ਗਏ ਹਾਂ ਜਿੰਨਾਂ ਦੀ ਸਟੈਂਡੀ ਹੀ ਇੰਨੀ ਸਟਾਈਲਿਸ਼ ਹੈ ਤਾਂ ਸੋਚ ਸਕਦੇ ਹੋ ਇਹਨਾਂ ਦੀ ਕਲੈਕਸ਼ਨ ਕਿੰਨੀ ਜ਼ਿਆਦਾ ਸਟਾਈਲਿਸ਼ ਹੋਏਗੀ ਇਹ ਆਮ ਤੌਰ ਤੇ ਕੁੜੀਆਂ ਦੇ ਜਿੰਨੇ ਵੀ ਕੱਪੜੇ ਆ ਉਹਦੇ ਉੱਤੇ ਡੀਲ ਕਰਦੇ ਆ ਸੋ ਉਹਨਾਂ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਬ੍ਰਾਂਡ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹਨਾਂ ਦੀ ਕਲੈਕਸ਼ਨ ਜਿਹੜੀ ਉਹ ਦਿਖਾਣੇ ਆ ਸੋ ਲੇਟੈਸਟ ਤੋਂ ਲੇਟੈਸਟ ਕਲੈਕਸ਼ਨ ਚਾਹੇ ਉਹ ਕਲਰ ਸਕੀਮ ਹੋਵੇ ਉਹ ਸਭ ਕੁਝ ਇੱਥੇ ਦੇਖਣ ਨੂੰ ਮਿਲ ਰਿਹਾ ਪੁਲੋ ਹੋਸ ਜਿਹੜੇ ਨੇ ਉਹ ਤੁਸੀਂ ਵੇਖ ਸਕਦੇ ਹੋ ਟ੍ਰੈਂਡਿੰਗ ਚੀਜ਼ਾਂ ਜਿਹੜੀਆਂ ਨੇ ਉਹ ਹੇ ਉਹ ਵੀ ਜ਼ਿਆਦਾ ਹੈ ਕੋਟ ਬਲੇਜ਼ਰਸ ਸਭ ਕੁਝ ਜਿਹੜੇ ਆ ਉਹ ਦੇਖਣ ਨੂੰ ਮਿਲ ਰਿਹਾ ਸੋ ਉਹਨਰ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਸਰ ਬ੍ਰਾਂਡ ਦਾ ਕੀ ਨਾਮ ਹੈ ਤੁਸੀਂ ਕਿਹੜੇ ਪ੍ਰੋਡਕਟ ਬਣਾਉਂਦੇ ਹੋ ਸਾਡਾ ਬ੍ਰਾਂਡ ਦਾ ਨਾਮ ਹੈ ਜੀ ਬ੍ਰਾਂਡ ਸਾਡੇ ਕੋਲ ਪੰਜ ਛੇ ਹੈ ਜਿਹੜੀ ਲੋਰੀ ਹੈ ਲੋਰੀ ਕੂਲ ਹੈ ਲੋਰੀ ਕੰਫਰਟ ਹੈ ਜੀ ਐਫਓ ਹੈ ਜੀ ਐਫਓ ਪ੍ਰੀਮੀਅਮ ਹੈ ਨਵਸ਼ਾ ਹੈ ਐਦਾ ਬ੍ਰਾਂਡ ਹੈ ਸਾਡੇ ਤੇ ਉਹਦੇ ਵਿੱਚ ਅਲੱਗ-ਅਲੱਗ ਸੈਗਮੈਂਟ ਹੈ ਜਿੱਦਾ ਸਾਡਾ ਸਵੈਟ ਸ਼ਰਟਸ ਦਾ ਹੈ ਇਹਦੇ ਵਿੱਚ ਨਵਸ਼ਾ ਦੇ ਨਾਮ ਤੇ ਬਣਦਾ ਹੈ ਜਿਹੜੀਆਂ ਬੇਸਿਕ ਸਾਈਟ ਬਣ ਗਈਆਂ ਲੋਰੀ ਦੇ ਨਾਮ ਤੇ ਬਣਦੀਆਂ ਫਿਰ ਵੂਲਨ ਸਾਡਾ ਜੀਐਫਓ ਦੇ ਨਾਮ ਤੇ ਬਣਦਾ ਤੇ ਜੈਕਟਸ ਬਲੇਜ਼ਰ ਵਗੈਰਾ ਗਰਲਜ਼ ਦੇ ਲੇਡੀਜ਼ ਦੇ ਇਹ ਸਾਡੇ ਜੀਐਫਓ ਪ੍ਰੀਮੀਅਮ ਦੇ ਨਾਮ ਤੇ ਬਣਦੇ ਯਾਨੀ ਕਿ ਹਰ ਇੱਕ ਚੀਜ਼ ਥਰਡੇ ਕੋਲ ਮੌਜੂਦ ਹੈ ਸ਼ਰਟ ਹੋਵੇ ਪੁੱਲਓਵਰ ਹੋਵੇ ਹੋਂਸ ਕੁਝ ਵੀ ਹੋਵੇ ਲੇਡੀਜ਼ ਲੇਡੀਜ਼ ਐਂਡ ਗਰਲਜ਼ ਦਾ ਸਾਡੇ ਕੋਲ ਸਾਰਾ ਹੈ ਲੇਡੀਜ਼ ਐਂਡ ਗਰਲਸ ਦਿਨ ਕਪੜੇ ਜਿਹੜੇ ਆ ਸਰ ਉਹ ਫੈਸ਼ਨ ਟੂ ਫੈਸ਼ਨ ਚੇਂਜ ਹੁੰਦਾ ਰਹਿੰਦਾ ਹਰ ਸਾਲ ਕੁਝ ਨਵਾਂ ਆਂਦਾ ਵੈ ਕੁਝ ਡਿਫਿਕਲਟੀ ਹੁੰਦੀ ਹੈ ਕਿ ਹੁਣ ਕਿਹੜਾ ਨਵਾਂ ਫੈਸ਼ਨ ਲੈ ਕੇ ਆਈਏ ਕਲਰ ਸਕੀਮ ਵੀ ਬਹੁਤ ਚੇਂਜ ਹੁੰਦੀ ਹੋਣੀ ਨਜ਼ਰ ਆ ਬੜਾ ਫਰਕ ਪੈਂਦਾ ਜੀ ਬੜਾ ਫਰਕ ਪੈਂਦਾ ਪੰਜਾਬੀ ਚ ਕਹਿੰਦੇ ਨਾ ਹਰ ਸਾਲ ਨਵੇਂ ਪਹਾੜੇ ਪੜਨੇ ਪੈਂਦੇ ਇਸ ਕਰਕੇ ਮਿਹਨਤ ਤਾਂ ਕਰਨੀ ਪੈਂਦੀ ਹੈ ਜੀ ਜਿਹੜਾ ਮਿਹਨਤ ਕਰੇਗਾ ਉਹੀ ਸਰਵਾਈਵ ਕਰੇਗਾ ਜੀ ਹਾਂ ਹੁਣ ਤਾਂ ਮਤਲਬ ਯੁੱਗ ਐਸਾ ਆ ਗਿਆ ਅੱਗੇ ਤਾਂ ਸੈਟ ਵੀ ਪਚੀਤੀ ਵੀਸਾ ਦਾ ਹੁੰਦਾ ਸੀ ਹੁਣ ਤਾਂ ਸੈੱਟ ਤੁਸੀਂ ਦੇਖੋ ਕਿੱਡਾ ਵੱਡਾ ਸੈੱਟ ਹੈ ਹਰ ਸੈਗਮੈਂਟ ਦੇ ਵਿੱਚ ਤੁਹਾਨੂੰ ਮਿਹਨਤ ਕਰਨੀ ਪੈਗੀ ਜੀ ਕੰਪੀਟੀਟਰਸ ਬਹੁਤ ਆ ਗਏ ਮਾਰਕੀਟ ਦੇ ਵਿੱਚ ਸੋ ਬੀਟ ਕਰਨ ਵਾਸਤੇ ਹਰ ਬੰਦਾ ਕਹਿੰਦਾ ਕਿ ਨਾਲੇ ਕੁਝ ਵੱਖਰੀ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲੇ ਤਾਂ ਕਿ ਉਹ ਵੱਖਰੀ ਚੀਜ਼ ਦੀ ਅੱਗੇ ਮਾਰਕੀਟ ਦੇ ਵਿੱਚ ਲਾਂਚ ਕੀਤੀ ਜਾਵੇ ਬਿਲਕੁਲ ਬਿਲਕੁਲ ਜੀ ਹਰ ਬੰਦਾ ਮਿਹਨਤ ਕਰ ਰਿਹਾ ਕੱਲੇ ਆਏ ਨਹੀਂ ਅਸੀਂ ਮਿਹਨਤ ਕਰ ਰਹੇ ਹਾਂ ਹੁਣ ਟਾਈਮ ਐਸਾ ਆ ਗਿਆ ਵੀ ਹਰ ਬੰਦਾ ਮਿਹਨਤ ਕਰ ਰਿਹਾ ਬਿਲਕੁਲ ਸੋ ਇਹਨਾਂ ਦੇ ਇੱਥੇ ਇੱਕ ਕੰਜ਼ਿਊਮਰ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਹਰ ਇੱਥੇ ਨੇ ਸਰ ਕਿੱਥੋਂ ਆਏ ਹੋ ਤੁਸੀਂ ਆਗਰਾ ਤੋਂ ਸਰ ਹਮੇਸ਼ਾ ਹਰ ਸਾਲ ਆਉਂਦੇ ਹੋ ਇਸ ਐਕਸੀਬਿਸ਼ਨ ਵਿੱਚ ਹਾਂਜੀ ਜੀ ਸੋ ਕਿਦਾਂ ਦੀ ਇਹਨਾਂ ਦੀ ਜਿਹੜੀ ਤੁਹਾਨੂੰ ਵੈਰਾਈਟੀ ਕਿਦਾਂ ਦੀ ਲੱਗੀ ਅੱਛੀ ਕਲੈਕਸ਼ਨ ਹੈ ਜੀ ਹਰ ਵਾਰ ਕੁਝ ਨਾ ਕੁਝ ਨਵਾਂ ਜਿਹੜਾ ਚਾਹੀਦਾ ਹੁੰਦਾ ਉਹ ਟ੍ਰੈਂਡਿੰਗ ਅਸੀਂ ਵੀ ਦੇਖ ਪਾ ਰਹੇ ਹਾਂ ਕੁਝ ਕਲਰਸ ਜਿਹੜੇ ਬਹੁਤ ਜ਼ਿਆਦਾ ਟ੍ਰੈਂਡਿੰਗ ਇੱਥੇ ਪਏ ਹੋਏ ਨੇ ਹੂੰ ਇਸ ਵਾਰ ਵੈਰਾਈਟੀ ਅੱਛੀ ਹੈ ਜੀ ਸੋ ਵੈਰਾਈਟੀ ਜਿਹੜੀ ਹੈ ਉਹਨਾਂ ਨੇ ਦੱਸਿਆ ਕਿ ਅੱਛੀ ਹੈ ਕੋਟਸ ਐਂਡ ਬਲੇਜ਼ਰਸ ਜਿਹੜੇ ਨੇ ਉਹ ਵੀ ਬਹੁਤ ਅੱਜ ਬੇਸਿਕ ਰੋਲਸ ਪਹਿਲਾਂ ਦੂਸਰੇ ਕੋਟ ਬਲੇਜ਼ਰਸ ਆਉਂਦੇ ਸੀ ਪਰ ਹੁਣ ਲੋਕ ਅਕਸਰ ਕਹਿੰਦੇ ਕਿ ਵੂਲਨ ਹੀ ਆਨਤਾ ਠੀਕ ਹੈ ਥੋੜੇ ਫਾਰਮਲਸ ਵੀ ਲੱਗਣ ਬਿਲਕੁਲ ਠੀਕ ਐ ਰੋਜੀ ਇਕਲੀ ਵੈਰਾਈਟੀ ਬਹੁਤ ਚੇਂਜ ਹੋ ਗਈ ਹੈ ਹੁਣ ਸਾਰਾ ਇੰਪੋਰਟਡ ਫੈਬਰਿਕਸ ਆ ਗਏ ਹੈ ਲੇਕਿਨ ਆ ਕਿ ਕਟਿੰਗ ਸੂ ਸਾਰਾ ਆਪਣੇ ਅੰਦਰ ਹੀ ਹੈ ਡਿਜ਼ਾਈਨਿੰਗ ਸਾਰੇ ਆਪਣੇ ਅੰਦਰ ਹੀ ਹੁੰਦੀ ਹੈ ਜੀ ਉਹਦੀ ਜੀ ਬਿਲਕੁਲ ਕਿਉਂਕਿ ਫੈਬਰਿਕ ਜਿਹੜਾ ਉਹ ਵੀ ਚੇਂਜ ਹੁੰਦਾ ਜਾਂਦਾ ਹੈ ਲੋਕ ਕਹਿੰਦੇ ਕੰਫਰਟੇਬਲ ਬਹੁਤ ਜ਼ਿਆਦਾ ਹੋਣਾ ਚਾਹੀਦਾ ਵਾ ਕੰਫਰਟ ਦੇ ਨਾਲ ਨਾਲ ਫੈਸ਼ਨੇਬਲ ਵੀ ਹੋਣਾ ਹੀ ਹੋਣਾ ਚਾਹੀਦਾ ਬਿਲਕੁਲ ਚਾਹੀਦਾ ਜੀ ਬਿਨਾ ਫੈਸ਼ਨ ਤੋਂ ਤਾਂ ਕੁਝ ਵੀ ਨਹੀਂ ਹੈ ਬੇਸਿਕਸ ਤਾਂ ਪੂਰੀ ਦੁਨੀਆ ਬਣਾ ਰਹੀ ਹੈ ਜਦ ਤੱਕ ਕੁਝ हटके ਨਹੀਂ ਦਵਾਂਗੇ ਤਦ ਤੱਕ ਨਹੀਂ ਬ੍ਰਾਂਡ ਐਸਟੈਬਲਿਸ਼ ਹੋ ਪਾਏਗਾ ਕਿੱਥੋਂ ਕਿੱਥੋਂ ਦੀ ਬਾਇਰ ਸਾਡੇ ਕੋਲ ਆਉਂਦੇ ਆ ਮੈਮ 올 ਓਵਰ ਇੰਡੀਆ ਹੀ ਆ ਰਹੇ ਆ ਬੇਸਿਕਲੀ ਫਰੋਮ ਜ਼ਿਆਦਾਤਰ ਜੋ ਜਿੱਥੇ ਕੋਲਡ ਏਰੀਆਜ਼ ਆ ਆਪਣੇ ਪੰਜਾਬ ਹਰਿਆਣਾ ਦਿੱਲੀ ਐਂਡ ਯੂਪੀ ਬਿਹਾਰ ਅਸਾਮ ਵੈਸਟ ਬੰਗਾਲ ਮਤਲਬ ਨਾਰਥ ਇੰਡੀਆ ਵਾਲੀ ਸਾਰੀ ਸਾਈਡ ਆ ਰਹੀ ਹੈ ਜੀ ਬਿਲਕੁਲ ਅੱਜ ਤੁਸੀਂ ਸਾਡੇ ਪਿੱਛੇ ਦੇਖ ਪਾ ਰਹੇ ਹੋ ਕਿ ਇਹ ਜਿਹੜਾ ਟ੍ਰੈਂਡ ਇਹ ਬਹੁਤ ਜ਼ਿਆਦਾ ਚੱਲਿਆ ਹੋਇਆ ਵੈ ਜਿਸ ਦੇ ਵਿੱਚ ਇਹ ਇਹ ਵੂਲ ਦਾ ਯੂਜ਼ ਕੀਤਾ ਜਾਂਦਾ ਹੈ ਅੰਦਰ ਹਾਂਜੀ ਮੈਮ ਡਿਫਰੈਂਟ ਫੈਬਰਿਕਸ ਹੈ ਇਹਦੇ ਵਿੱਚ ਫਲੀਸ ਆ ਜਾਂਦੀ ਹੈ ਹੇਅਰ ਆ ਜਾਂਦੇ ਹੈ ਸ਼ੇਰਪਾਜ਼ ਆ ਜਾਂਦੀ ਹੈ ਐਂਟੀ ਪਿਲਿੰਗ ਆ ਜਾਂਦੀ ਹੈ ਮਤਲਬ ਐਂਡ ਨੰਬਰ ਆਫ ਆਈਟਮਸ ਹੈ ਇਹਦੇ ਵਿੱਚ ਜੀ ਜੀ ਸੋ ਬਹੁਤ a lazy clothing ਕਿਉਂਕਿ ਜੇ ਮੈਂ ਕਹਦਾ ਤਾਂ ਪੁਲਓਵਰਸ ਜਾਂ ਇਹਨਾਂ ਨੂੰ ਬਹੁਤ ਲੇਜ਼ੀ ਕਲੋਥਿੰਗ ਮੰਨਿਆ ਜਾਂਦਾ ਵੈ ਸਾਡੀ ਜਨਰੇਸ਼ਨ ਖਾਸ ਤੌਰ ਤੇ ਚਾਹਦੀ ਹੈ ਕਿ ਕੁਝ ਵੀ ਇਹੋ ਜਿਹਾ ਹੋਵੇ ਜਿਹੜਾ 올 ਇਨ ਵਨ ਹੋਵੇ ਇੱਕ ਵਾਰ ਪਾਇਓ ਤੇ ਬਾਹਰ ਨਿਕਲ ਜਾਓ ਬਿਲਕੁਲ ਹੈ ਜੀ ਕੁਝ ਡਿਫਰੈਂਟ ਹੀ ਚਾਹੀਦਾ ਹੈ ਮਤਲਬ ਬੇਸਿਕਸ ਤਾਂ ਮਤਲਬ ਹਰ ਬੰਦਾ ਬਣਾ ਸਕਦਾ ਹੈ ਲੇਕਿਨ ਆ ਕਿ ਜੋ ਅਗਰ ਕੁਝ ਡਿਫਰੈਂਟ ਹੈ ਉਹਦੇ ਨਾਲ ਹੀ ਕ੍ਰੀਏਸ਼ਨ ਹੈ ਉਹਦੇ ਨਾਲ ਹੀ ਬ੍ਰਾਂਡ ਨ ਬਣੇਗਾ ਜੀ ਬਿਲਕੁਲ ਸੋ ਬਾਇਰਸ ਕਿਸ ਤਰੀਕੇ ਦੇ ਨਾਲ ਰਿਸਪੌਂਸ ਜਿਹੜਾ ਐਕਸੀਬਿਸ਼ਨ ਦਾ ਕਿਸ ਤਰੀਕੇ ਦੇ ਨਾਲ ਰਿਸਪੌਂਸ ਜਾ ਰਿਹਾ ਹੈ ਬਹੁਤ ਅੱਛਾ ਜਾ ਰਿਹਾ ਜੀ ਫਰੋਮ ਡੇ 1 ਟਿਲ ਨਾਓ ਅੱਛਾ ਰਿਸਪੌਂਸ ਹੈ ਮਤਲਬ ਫੁੱਲ ਰਸ਼ ਹੀ ਰਹਿ ਰਿਹਾ ਹੁਸਨ ਫਿਲਹਾਲ ਤੱਕ ਤਾਂ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਐਗਜ਼ੀਬਿਸ਼ਨ ਲਗਾਉਂਦੇ ਹੋਏ ਇਸ ਇਤਨਾ ਫਿਲ ਅਸੋਸੀਏਸ਼ਨ ਦੇ ਨਾਲ ਮੈਂ ਸਾਡਾ 4th ਇਅਰ ਹੈ ਜੀ ਜੀ ਹਾਂਜੀ ਹਾਂਜੀ ਸਿንስ 2nd ਇਅਰ ਅਸੀਂ ਜੁਆਇਨ ਕੀਤਾ ਸੀ ਜਦੋਂ ਅਸੋਸੀਏਸ਼ਨ ਬਣੀ ਸੀ ਜੀ ਤੇ ਟਿਲ ਨਾਓ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਤੇ ਬਹੁਤ ਹੀ ਕੋਆਪਰੇਟਿਵ ਅਸੋਸੀਏਸ਼ਨ ਹੈ ਸਾਡੀ ਬਾਇਰਸ ਨੈਟਵਰਕ ਕਿੰਨਾ ਵੱਧ ਜਾਂਦਾ ਵੈ ਨੈਟਵਰਕਿੰਗ ਬਿਜ਼ਨਸ ਨੈਟਵਰਕਿੰਗ ਕਿੰਨਾ ਜ਼ਿਆਦਾ ਹੋ ਜਾਂਦਾ ਹਮ ਕਈ ਏਰੀਆਸ ਅਸੀਂ ਟੱਚ ਹੀ ਨਹੀਂ ਕਰ ਪਾਂਦੇ ਜਿਵੇਂ ਅਸਾਮ ਐ ਵੈਸਟ ਬੰਗਾਲ ਅਸੀਂ ਨਹੀਂ ਟੱਚ ਕਰ ਬੰਦੇ ਤੇ ਇੱਥੇ ਜਾ ਕੇ ਸਾਨੂੰ ਬਹੁਤ ਬੈਨੀਫਿਟ ਮਿਲਦਾ ਹੈ ਕਿ ਦੂਰੋਂ ਕਸਟਮਰ ਆਂਦਾ ਹੈ ਜਿੱਥੇ ਅਸੀਂ ਨਹੀਂ ਪਹੁੰਚ ਸਕਦੇ ਕਸਟਮਰ ਸਾਡੇ ਕੋ ਇੱਥੇ ਆ ਕੇ ਪਹੁੰਚ ਰਹੇ ਜੀ ਮੀਆਂ ਮੁਰਾਦ ਅਲੀ ਜੀ ਖੁਦਾ ਦੇ ਘਰ ਤੇਰ ਹੈ ਅੰਧੇਰ ਨਹੀਂ ਹਰ ਸਮੱਸਿਆ ਦਾ ਸਮਾਧਾਨ ਸਮੱਸਿਆ ਜਿਵੇਂ ਲਵ ਮੈਰਿਜ ਵਸ਼ਿਕਰਨ ਕੀਤਾ ਕਰਾਇਆ ਲੋਟਰੀ ਨੰਬਰ ਹੋਵੇ ਯਾ ਲੂਟੋ ਮੈਕਸ 649

ਮੀਆਂ ਮੁਹੰਮਦ ਅਲੀ ਜੀ ਵਾਲੇ ਦੱਸਿਆ ਉਹਨਾਂ ਨੇ ਸਾਡੀ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋਂ ਨਿਕਾੜਾ ਕਰ ਦਿੱਤਾ ਹੁਣ ਅਸੀਂ ਬਹੁਤ ਖੁਸ਼ ਹੁਣੇ ਕਾਲ ਕਰੋ 98417 18786 97797 24075